ਪ੍ਰਾਈਮ ਏਸ਼ੀਆ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਸ਼ੋਅ ਦੇ ਵਿੱਚ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਜੀ ਪੰਨੂ ਸਾਹਿਬ, ਅੱਜ ਦੀਆਂ ਖਾਸ ਖਬਰਾਂ ਦੇ ਉੱਪਰ ਫਿਰ ਤੁਹਾਡਾ ਵਿਊ ਪੁਆਇੰਟ ਜਾਣਨਾ, ਅਤੇ ਇਸ ਵਕਤ ਜਿਹੜੀ ਗੱਲ ਸਭ ਤੋਂ ਵੱਧ ਤੰਗ ਕਰ ਰਹੀ ਹੈ ਉਹ ਇਹ ਕਰ ਰਹੀ ਹੈ ਕਿ ਰਫੇਲ ਜਹਾਜ਼ਾਂ ਦਾ ਲੈ ਕੇ ਮੁੱਦਾ, ਅਤੇ ਮੇਰੇ ਖਿਆਲ ਨਾਲ ਕਾਂਗਰਸ ਪਾਰਟੀ ਨੂੰ ਲੱਗਦਾ ਸੀ ਅਸੀਂ ਘੇਰ ਲੈਣਾ ਮੋਦੀ ਸਰਕਾਰ ਨੂੰ, ਫਿਰ ਵਿੱਚ ਆ ਪੁਲਵਾਮਾ ਵਾਲਾ ਐਪੀਸੋਡ ਚੱਲ ਪਿਆ, ਅਤੇ ਉਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਮੁੱਦਾ ਉੱਭਰਿਆ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੇ ਲਈ ਜਦੋਂ ਸਾਰਾ ਕੁਝ ਪਹੁੰਚਿਆ ਅਤੇ ਸਰਕਾਰ ਕਹਿੰਦੇ ਜੀ ਉਹ ਤਾਂ ਸੌਦੇ ਦੇ ਕਾਗਜ਼ ਹੀ ਕੋਈ ਚੋਰੀ ਕਰਕੇ ਲੈ ਗਿਆ, ਇਹ ਕਿੱਦਾਂ ਹੋ ਸਕਦਾ ਜੀ? ਜੇ ਇੰਨੇ ਪੱਕੇ ਪ੍ਰਬੰਧਾਂ ਦੇ ਹੁੰਦਿਆਂ ਵੀ ਰਫੇਲ ਸੌਦਾ ਜਿਹੜਾ ਸਾਰੀ ਦੁਨੀਆ 'ਚ ਚਰਚਾ ਦਾ ਵਿਸ਼ਾ ਜੀ, ਉਹਦੇ ਕਾਗਜ਼ ਗੁੰਮ ਹੋ ਜਾਂਦੇ, ਅਤੇ ਜਿਹੜਾ ਪ੍ਰਧਾਨ ਮੰਤਰੀ ਇੱਕ ਤੇ ਹੱਥ ਮਾਰ ਕੇ ਕਹਿੰਦਾ 56 ਇੰਚ ਕੀ ਛਾਤੀ ਹੈ ਮੇਰੀ, ਮੋਦੀ ਹੈ ਤਾਂ ਮੁਮਕਿਨ ਹੈ ਜੀ, ਉਹ ਆਪਣਾ ਘਰ ਹੀ ਨਹੀਂ ਚੋਰੀ ਹੋਣ ਤੋਂ ਬਚਾ ਸਕਿਆ ਜੀ, ਉਹਦੇ ਘਰ ਨੂੰ ਸੰਨ ਲੱਗੀ ਪਈ ਹੈ, ਉੱਥੇ ਡਾਕੂਮੈਂਟਸ ਚੋਰੀ ਹੋ ਰਹੇ। ਜਾਂ ਗੱਲ ਦੂਸਰੀ ਹੈ ਕਿ ਚੋਰੀ ਕਹਿਤੀ, ਅਸਲ ਵਿੱਚ ਕਾਗਜ਼ ਜਿਨ੍ਹਾਂ ਨੇ ਇਹਦੇ 'ਚੋਂ ਮਲਾਈ ਖਾਧੀ ਹੈ ਜੀ, ਸਰਕਾਰ ਦੇ ਨੇੜ ਵਾਲੇ ਬੰਦੇ ਨੇ, ਉਹਨਾਂ ਨੇ ਆਸੇ ਪਾਸੇ ਕੀਤੇ ਆ, ਅਤੇ ਮੂੰਹ ਖਾਂਦਾ ਅਤੇ ਅੱਖਾਂ ਸ਼ਰਮਾਉਂਦੀਆਂ ਨੇ ਜਿਨ੍ਹਾਂ ਨੇ ਹੋਣ ਦਿੱਤੇ ਆ। ਐਵੇਂ ਤਾਂ ਇਹੋ ਜਿਹੇ ਸੌਦਿਆਂ ਦੇ ਕਾਗਜ਼ ਵੀ ਕਿਤੇ ਗੁੰਮ ਹੋ ਸਕਦੇ ਜੀ। ਅਸਲ ਗੱਲ ਕੀ ਆ, ਇਹ ਸੌਦਾ ਸ਼ੁਰੂ ਕੀਤਾ ਸੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ, ਇਸ ਸਿਰੇ ਨਾਲ ਆ ਸਕੇ ਅਤੇ ਸਰਕਾਰ ਬਦਲ ਗਈ ਜੀ, ਮੋਦੀ ਸਰਕਾਰ ਆ ਗਈ, ਜਹਾਜ਼ਾਂ ਦੇ ਭਾਅ ਵਿੱਚ ਵੀ ਵਾਧਾ ਘਾਟਾ ਕੀਤਾ ਗਿਆ, ਸਾਂਭ ਸੰਭਾਲ ਵਿੱਚ ਵੀ, ਪ੍ਰਾਈਵੇਟ ਭਾਈਵਾਲੀ ਵਿੱਚ ਵੀ, ਹਰ ਗੱਲ ਵਿੱਚ ਓਹਲਾ ਰੱਖਿਆ ਗਿਆ, ਔਰ ਓਹਲਾ ਇੰਨਾ ਜ਼ਿਆਦਾ ਰੱਖਿਆ ਗਿਆ ਜਿੰਨਾ ਕਦੇ ਅੱਜ ਤੱਕ ਕਿਸੇ ਨੇ ਰੱਖਿਆ ਹੀ ਨਹੀਂ ਜੀ। ਅਤੇ ਫਿਰ ਜਦੋਂ ਸਾਰੇ ਪਾਸੇ ਖੱਪ ਪੈ ਗਈ ਅਤੇ ਸਾਡੀ ਸਰਕਾਰ ਨੇ ਆਖਿਆ ਜੀ ਗਲਤ ਕੁਛ ਹੋਇਆ ਨਹੀਂ ਅਤੇ ਦੱਸਣਾ ਅਸੀਂ ਹੈਗਾ ਨਹੀਂ, ਉਦੋਂ ਫਰਾਂਸ ਦੇ ਜਿਹੜੇ ਸਾਬਕਾ ਰਾਸ਼ਟਰਪਤੀ ਦੇ ਹੁੰਦਿਆਂ ਸੌਦਾ ਹੋਇਆ ਸੀ, ਉਹਨੇ ਸਾਰੀ ਮੁੱਠ ਖੋਲ੍ਹਤੀ, ਕਹਿੰਦੇ ਜੀ ਮੋਦੀ ਸਾਹਿਬ ਆਏ ਸੀ ਨਾਲ, ਛੋਟਾ ਅੰਬਾਨੀ ਸੀ, ਇਹਨਾਂ ਨੇ ਆਖਿਆ ਸੀ ਇਹ ਕਰ ਲਿਆ। ਇਹਨਾਂ ਨੇ ਹੁਣ ਵਾਲੇ ਰਾਸ਼ਟਰਪਤੀ ਤੱਕ ਪਹੁੰਚ ਕੀਤੀ ਜੀ, ਦਬਾਅ ਪਾਇਆ ਜਾਂ ਨਹੀਂ ਪਾਇਆ, ਜਾਂ ਸ਼ਾਇਦ ਇਹ ਆਖਿਆ ਕਿ ਜੇ ਆਹ ਗੱਲਾਂ ਬਾਹਰ ਚਲੀਆਂ ਗਈਆਂ ਤਾਂ ਸਾਨੂੰ ਸੌਦਾ ਕੈਂਸਲ ਕਰਨਾ ਪੈਣਾ, ਤੁਹਾਡੇ ਜਹਾਜ਼ ਬਣੇ ਰਹਿ ਜਾਣਗੇ। ਉਹਦੇ ਤੋਂ ਬਿਆਨ ਦਵਾਇਆ ਗਿਆ ਕਿ ਪੁਰਾਣਾ ਰਾਸ਼ਟਰਪਤੀ ਜਿਹੜਾ ਉਹਦੀਆਂ ਗੱਲਾਂ 'ਤੇ ਭਰੋਸਾ ਕਰਨ ਦੀ ਲੋੜ ਨਹੀਂ ਜੀ। ਇੱਦਾਂ ਤਾਂ ਕਦੇ ਕਿਸੇ ਸਰਕਾਰ ਨੇ ਨਹੀਂ ਆਖਿਆ ਕਿ ਸਾਡੇ ਪੁਰਾਣੇ ਰਾਸ਼ਟਰਪਤੀ ਦੀਆਂ ਗੱਲਾਂ 'ਤੇ ਭਰੋਸਾ ਕਰਨ ਦੀ ਲੋੜ ਨਹੀਂ। ਫਿਰ ਇਹ ਕੇਸ ਸੁਪਰੀਮ ਕੋਰਟ ਚਲਾ ਗਿਆ ਅਤੇ ਸੁਪਰੀਮ ਕੋਰਟ 'ਚੋਂ ਫੈਸਲਾ ਆ ਗਿਆ ਕਿ ਜਦੋਂ ਇਹ ਸਾਰੇ ਕੇਸ ਦੀ ਪੜਤਾਲ ਕੰਪਟਰੋਲਰ ਐਂਡ ਆਡੀਟਰ ਜਨਰਲ ਜਿਹਨੂੰ ਕੈਗ ਕਹਿੰਦੇ ਉਹਨੇ ਕਰ ਲਈ, ਉਹਦੀ ਰਿਪੋਰਟ ਪਾਰਲੀਮੈਂਟ ਦੀ ਪਬਲਿਕ ਅਕਾਊਂਟਸ ਕਮੇਟੀ ਦੇ ਵਿੱਚ ਚਲੀ ਗਈ ਅਤੇ ਉਹਨਾਂ ਨੇ ਪਾਸ ਕਰ ਦਿੱਤੀ ਅਤੇ ਪਾਰਲੀਮੈਂਟ 'ਚ ਹੋ ਗਈ, ਅਤੇ ਫਿਰ ਤਾਂ ਇਹਦੇ ਵਿੱਚ ਰਹਿ ਕੁਛ ਨਹੀਂ ਜਾਂਦਾ, ਇਸ ਕਰਕੇ ਸ਼ਿਕਾਇਤਾਂ ਰੱਦ ਜੀ। ਅਤੇ ਪਾਰਲੀਮੈਂਟ ਦੇ ਵਿੱਚ ਕਾਂਗਰਸ ਦਾ ਲੀਡਰ ਮਲਕਰਜਨ ਖੜਗੇ ਜਿਹੜਾ ਪਬਲਿਕ ਅਕਾਊਂਟਸ ਕਮੇਟੀ ਦਾ ਚੇਅਰਮੈਨ ਆ, ਉਹਨੇ 2 ਘੰਟਿਆਂ ਬਾਅਦ ਹੀ ਰੌਲਾ ਪਾ ਦਿੱਤਾ ਕਿ ਕਹਿੰਦੇ ਪਬਲਿਕ ਅਕਾਊਂਟਸ ਕਮੇਟੀ 'ਚ ਆਈ ਅਤੇ ਉਹਨਾਂ ਨੇ ਪਾਸ ਕਰਤੀ, ਸਾਡੇ ਕੋਲ ਆਈ ਕਦੋਂ ਆ ਰਿਪੋਰਟ ਜੀ, ਕੈਗ ਨੇ ਰਿਪੋਰਟ ਦਿੱਤੀ ਕਦੋਂ ਆ? ਲੋਕਾਂ ਨੇ ਕੈਗ ਨੂੰ ਜਾ ਕੇ ਪੁੱਛਿਆ ਕਿ ਤੁਸੀਂ ਰਿਪੋਰਟ ਕਿਹੜੀ ਤਰੀਕੇ ਨੂੰ ਦਿੱਤੀ ਸੀ ਪਬਲਿਕ ਅਕਾਊਂਟਸ ਕਮੇਟੀ ਨੂੰ ਜਿਹਨੇ ਪਾਸ ਕੀਤੀ ਹੈ? ਉਹ ਕਹਿੰਦੇ ਜੀ ਅਸੀਂ ਤਾਂ ਅਜੇ ਰਿਪੋਰਟ ਬਣਾਈ ਨਹੀਂ। ਜੇ ਉਹਨਾਂ ਬਣਾਈ ਨਹੀਂ, ਪਬਲਿਕ ਅਕਾਊਂਟਸ ਕਮੇਟੀ ਕੋਲ ਗਈ ਨਹੀਂ, ਅਤੇ ਫਿਰ ਸੁਪਰੀਮ ਕੋਰਟ ਕੋਲ ਇਹ ਝੂਠ ਕਿਉਂ ਮਾਰ ਦਿੱਤਾ ਗਿਆ
ਇੰਨਾ ਝੂਠ ਕਿਉਂ ਬੋਲਿਆ ਗਿਆ ਕਿ ਕੈਗ ਨੇ ਰਿਪੋਰਟ ਬਣਾ ਦਿੱਤੀ ਅਤੇ ਪਬਲਿਕ ਅਕਾਊਂਟਸ ਕਮੇਟੀ ਨੇ ਪਾਰਲੀਮੈਂਟ ਨੇ ਪਾਸ ਕਰ ਦਿੱਤੀ ਜੀ? ਸਰਕਾਰ ਉਦੋਂ ਪਹਿਲੀ ਵਾਰ ਘਬਰਾਹਟ 'ਚ ਨਜ਼ਰ ਆਈ ਅਤੇ ਦੋ ਦਿਨਾਂ ਦੇ ਅੰਦਰ ਅੰਦਰ ਅਗਲਾ ਐਫੀਡੇਵਿਟ ਦੇ ਦਿੱਤਾ, ਜੀ ਸਾਡੇ ਬਿਆਨ ਨੂੰ ਗਲਤ ਸਮਝ ਲਿਆ ਗਿਆ, ਅਸੀਂ ਤਾਂ ਇਹ ਲਿਖਿਆ ਸੀਗਾ ਕਿ ਜਦੋਂ ਇਹੋ ਜਿਹਾ ਕੇਸ ਕੈਗ ਵਿੱਚ ਜਾਵੇ, ਕੈਗ ਤੋਂ ਬਾਅਦ ਪਬਲਿਕ ਅਕਾਊਂਟਸ ਕਮੇਟੀ ਕੋਲ ਜਾਵੇ, ਉਹ ਪਾਸ ਕਰ ਦੇਵੇ ਅਤੇ ਗੱਲ ਖਤਮ ਹੋ ਜਾਂਦੀ ਹੈ। ਅਸੀਂ ਜਾਵੇ ਲਿਖਿਆ ਸੀ, ਅਸੀਂ ਇਹ ਨਹੀਂ ਲਿਖਿਆ ਵੀ ਗਈ। ਗਈ ਅਤੇ ਜਾਵੇ ਦਾ ਫਰਕ ਆ, ਅੰਗਰੇਜ਼ੀ ਵਿੱਚ ਸੀ ਉਹ ਸਾਡੀ ਭਾਵਨਾ ਸਮਝਣ 'ਚ ਫਰਕ ਪੈ ਗਿਆ। ਦੂਜਿਆਂ ਨੇ ਜਾ ਕੇ ਉਸੇ ਵੇਲੇ ਸੁਪਰੀਮ ਕੋਰਟ 'ਚ ਅਰਜ਼ੀਆਂ ਦੇਤੀਆਂ ਕਿ ਸਰਕਾਰ ਆਪ ਮੰਨਦੀ ਹੈ ਕਿ ਇਸ ਮਾਮਲੇ 'ਚ ਲਿਖਣਾ ਕੁਝ ਸੀ ਅਤੇ ਲਿਖਿਆ ਕੁਝ ਗਿਆ ਜੀ। ਇਹਦਾ ਮਤਲਬ ਸੁਪਰੀਮ ਕੋਰਟ ਨੂੰ ਮਿਸਲੀਡ ਕੀਤਾ ਗਿਆ, ਗੁੰਮਰਾਹ ਕੀਤਾ ਗਿਆ। ਜੇ ਗੁੰਮਰਾਹ ਕੀਤਾ ਗਿਆ ਅਤੇ ਜਿਹੜੇ ਅਧਿਕਾਰੀਆਂ ਨੇ ਕੀਤਾ ਕਿ ਸਰਕਾਰ ਨੇ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜੀ ਜਾਂ ਕਰੇਗੀ, ਇਹਦੇ ਬਾਰੇ ਕੋਈ ਦੱਸਿਆ ਗਿਆ? ਨਾਲ ਇਹ ਮੰਗ ਕਰ ਦਿੱਤੀ ਕਿ ਸਾਰੇ ਡਾਕੂਮੈਂਟਸ ਲਿਆ ਕੇ ਪੇਸ਼ ਕਰੋ। ਜਦੋਂ ਡਾਕੂਮੈਂਟਸ ਪੇਸ਼ ਕਰਨੇ ਸੀ ਤਾਂ ਸਰਕਾਰ ਦੇ ਸਭ ਤੋਂ ਵੱਡੇ ਵਕੀਲ ਕੇ ਵੇਣੂਗੋਪਾਲ ਨੇ ਜਾ ਕੇ ਕਹਿ ਦਿੱਤਾ ਕਿ ਉਹ ਡਾਕੂਮੈਂਟਸ ਤਾਂ ਜੀ ਉੱਥੋਂ ਚੋਰੀ ਹੋ ਗਏ, ਇੱਕ ਅਖਬਾਰ ਨੇ ਛਾਪੇ ਆ ਅਤੇ ਅਖਬਾਰ ਨੇ ਚੋਰੀ ਕਰਕੇ ਛਾਪੇ ਸਨ ਅਤੇ ਪਤਾ ਨਹੀਂ ਸਾਡੇ ਕੋਲ ਤਾਂ ਡਾਕੂਮੈਂਟਸ ਹੀ ਨਹੀਂ ਜੀ। ਉਹ ਕਿਹੜਾ ਡਾਕੂਮੈਂਟ ਹੈ ਜਿਹੜਾ ਸਿਰਫ ਇੱਕ ਥਾਂ ਹੁੰਦਾ ਅਤੇ ਉੱਥੋਂ ਚੋਰੀ ਹੋ ਜਾਂਦਾ? ਜੇ ਤਾਂ ਉਹ ਡਾਕੂਮੈਂਟ ਸੌਦੇ ਦੇ ਆ ਤਾਂ ਉਹਦੇ ਨਾਲ ਦੇ ਡਾਕੂਮੈਂਟਸ ਫਰਾਂਸ ਦੀ ਸਰਕਾਰ ਕੋਲ ਵੀ ਹੋਣਗੇ, ਤੁਸੀਂ ਉੱਥੋਂ ਮੰਗ ਲਓ ਜੀ। ਔਰ ਇੱਥੇ ਵੀ ਜਦੋਂ ਆਉਂਦੇ ਆ ਅਤੇ ਉਹੀ ਡਾਕੂਮੈਂਟਸ ਪ੍ਰਾਈਮ ਮਿਨਿਸਟਰ ਦਫ਼ਤਰ ਕੋਲ ਵੀ ਹੋਣਗੇ, ਡਿਫੈਂਸ ਮਿਨਿਸਟਰੀ ਕੋਲ ਵੀ ਹੋਣਗੇ, ਇੱਕ ਥਾਂ ਤੋਂ ਚੋਰੀ ਹੋ ਗਈ ਦੂਜੇ ਥਾਂ ਤੋਂ ਕੱਢ ਲਓ, ਪਰ ਉਹ ਕੱਢਣ ਦੀ ਲੋੜ ਹੀ ਨਹੀਂ। ਨਾਲ ਹੀ ਕੇ ਵੇਣੂਗੋਪਾਲ ਨੇ ਇਹ ਵੀ ਕਹਿਤਾ ਡਾਕੂਮੈਂਟ ਤਾਂ ਚੋਰੀ ਹੋ ਗਏ ਆ, ਹੁੰਦੇ ਵੀ ਅਤੇ ਉਹਨਾਂ ਨੂੰ ਸੁਪਰੀਮ ਕੋਰਟ 'ਚ ਨਹੀਂ ਖੋਲ੍ਹਿਆ ਜਾ ਸਕਦਾ। ਜੇ ਖੋਲ੍ਹਾਂਗੇ ਅਤੇ ਇੰਟਰਨੈਸ਼ਨਲ ਲੈਵਲ 'ਤੇ ਅੱਗੇ ਤੋਂ ਭਾਰਤ ਸਰਕਾਰ ਨੂੰ ਇਹੋ ਜਿਹੇ ਸਮਝੌਤੇ ਕਰਨ ਦੇ ਵਿੱਚ ਮੁਸ਼ਕਲ ਆਊਗੀ, ਵਿਦੇਸ਼ੀ ਕੰਪਨੀਆਂ, ਵਿਦੇਸ਼ੀ ਫੈਕਟਰੀਆਂ, ਵਿਦੇਸ਼ੀ ਸਰਕਾਰਾਂ ਸਾਡੇ ਨਾਲ ਸਮਝੌਤੇ ਨਹੀਂ ਕਰਨਗੀਆਂ। ਆਹ ਜਿਹੜੀ ਮਗਰਲੀ ਗੱਲ ਕਹਿਤੀ ਕਿ ਸਾਨੂੰ ਮੁਸ਼ਕਲ ਆਊਗੀ ਜੀ, ਇਹਦੇ ਤੋਂ ਲੱਗਦਾ ਕਿ ਡਾਕੂਮੈਂਟ ਚੋਰੇ ਨਹੀਂ ਹੋਏ, ਜਾਂ ਤਾਂ ਆਸੇ ਪਾਸੇ ਕਰਵਾਏ ਗਏ ਕਿ ਹੁਣ ਪੇਸ਼ ਨਾ ਕਰਨੇ ਪੈਣ ਜੀ, ਅਤੇ ਪੇਸ਼ ਇਸ ਕਰਕੇ ਨਾ ਕਰਨੇ ਪੈਣ ਕਿਉਂਕਿ ਪੇਸ਼ ਨਹੀਂ ਜਾਂਦੀ, ਜੇ ਉਹ ਪੇਸ਼ ਹੋ ਜਾਂਦੇ ਤਾਂ ਸਾਰਾ ਕੁਝ ਖੁੱਲ੍ਹ ਜਾਣਾ ਜੀ। ਇਹਦੇ ਨਾਲ ਸਰਕਾਰ ਇੱਕ ਕਿਸਮ ਦੀ ਆਪ ਆਪਣੇ ਇਸ ਕੁਚੱਕਰ 'ਚ ਫਸ ਗਈ ਹੈ ਜਿੱਥੋਂ ਨਿਕਲਦਾ ਰਾਹ ਕੋਈ ਨਹੀਂ, ਅਤੇ ਅਗਲੇ ਪਾਸੇ ਚੋਣਾਂ ਸਿਰ 'ਤੇ ਆ, ਅਤੇ ਜੇ ਇਹ ਸਾਬਤ ਹੋ ਜਾਵੇ ਕਿ ਸਰਕਾਰ ਦੇ ਅੰਦਰੋਂ ਕੁਝ ਲੋਕਾਂ ਨੇ ਨੀਚ ਦੇ ਤੌਰ 'ਤੇ ਆ ਕੁਝ ਆਸੇ ਪਾਸੇ ਕੀਤਾ, ਪ੍ਰਧਾਨ ਮੰਤਰੀ ਨੂੰ ਪਤਾ ਹੋਵੇ ਨਾ ਹੋਵੇ, ਪਰ ਕੁਝ ਲੋਕਾਂ ਦੇ ਉੱਤੇ ਤਾਂ ਇਹ ਗੱਲ ਆਵੇਗੀ ਜੀ ਕਿ ਉਹਨਾਂ ਨੇ ਨੀਤ ਦੇ ਤੌਰ 'ਤੇ ਆ ਕੀਤਾ, ਅਤੇ ਫਿਰ ਪੱਠਾ ਬੈਠਦਾ। ਇਸ ਕਰਕੇ ਸੁਪਰੀਮ ਕੋਰਟ ਜਾ ਕੇ ਕਹਿ ਤਾ ਗਿਆ, ਉਹ ਤਾਂ ਜੀ ਕਾਗਜ਼ ਹੀ ਨਹੀਂ ਲੱਭਦੇ ਪਏ ਜੀ, ਉਹ ਫਿਰ ਨੱਥ ਕਢਾਉਣ ਨੂੰ, ਉਹ ਫਿਰ ਨੱਕ ਵਢਾਉਣ ਨੂੰ, ਉਹ ਕਹਿੰਦੇ ਜੀ ਹੈ ਹੀ ਕੱਖ ਨਹੀਂ, ਪੇਸ਼ ਕੀ ਕਰੋਗੇ? ਅਤੇ ਨਾਲ ਹੀ ਇਹ ਕਹਿਤਾ ਕਿ ਹੁੰਦਾ ਵੀ ਤਾਂ ਅਸੀਂ ਪੇਸ਼ ਨਹੀਂ ਕਰਨਾ ਕਿਉਂਕਿ ਫਿਰ ਦੁਨੀਆਂ 'ਚ ਰੌਲਾ ਪੈ ਜਾਣਾ ਸੀ, ਕਰੀਏ ਕੀ, ਇੱਥੇ ਜਾ ਕੇ ਗੱਲ ਖਤਮ ਹੋ ਗਈ ਜੀ। ਮਨੋ ਸਾਹਿਬ, ਅਗਲੀ ਗੱਲ ਜਿਹੜੀ ਪੁੱਛਣ ਵਾਲੀ ਹੈ ਉਹ ਇਹ ਹੈ ਕਿ ਵੀ ਪਾਕਿਸਤਾਨ ਸਰਕਾਰ ਲੱਗਦਾ ਕਿ ਕਾਫੀ ਸੀਰੀਅਸ ਲੈ ਗਈ, ਸਾਰੇ ਜਿਹੜਾ ਪ੍ਰੈਸ਼ਰ ਪਿਆ ਗਲੋਬਲੀ ਉਹਨਾਂ ਦੇ ਉੱਪਰ, ਅਤੇ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ 'ਤੇ ਪਾਬੰਦੀਆਂ ਲਾਈਆਂ ਗਈਆਂ, ਖਾਸ ਕਰਕੇ ਜਿਹੜੀ ਮਸੂਦ ਅਜ਼ਹਰ ਦੀ ਜਥੇਬੰਦੀ ਹੈ ਉਹਦੇ 'ਤੇ ਵੀ, ਅਤੇ ਉਹਦੇ ਨੇੜੇ ਭਾਈ ਬੰਦੀ ਨੇ ਉਹ ਵੀ ਗ੍ਰਿਫਤਾਰ ਕੀਤੇ ਆ, ਇਹ ਸਾਰੀ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ? ਭਰੋਸਾ ਨਹੀਂ ਕੀਤਾ ਜਾ ਸਕਦਾ ਜੀ। 8 ਦਿਨ ਪਹਿਲਾਂ ਤੱਕ ਤਾਂ ਕਹਿੰਦੇ ਸੀ ਮਸੂਦ ਅਜ਼ਹਰ ਸਾਹਿਬ ਕਹਿੰਦੇ ਸੀ ਜੀ, ਸਾਡੀ ਨਜ਼ਰ 'ਚ ਕੋਈ ਅੱਤਵਾਦੀ ਨਹੀਂ, ਉਹ ਸਧਾਰਨ ਪਾਕਿਸਤਾਨੀ ਨਾਗਰਿਕ ਹੈ, ਸਾਨੂੰ ਉਹ 'ਚ ਕੋਈ ਨੁਕਸ ਨਹੀਂ ਲੱਭਦਾ ਜੀ। ਫਿਰ ਆਖਿਆ ਕਿ ਉਹ ਇੰਨਾ ਬਿਮਾਰ ਉਹਦੇ ਗੁਰਦੇ ਫੇਲ ਹੋ ਗਏ, ਅਤੇ ਜਦੋਂ ਪੱਤਰਕਾਰ ਨੇ ਪੁੱਛਿਆ ਕਿ ਉਹ ਹੈ ਕਿੱਥੇ ਆ, ਕਹਿੰਦੇ ਸਾਨੂੰ ਪਤਾ ਨਹੀਂ, ਅਤੇ ਪੱਤਰਕਾਰ ਨੇ ਪੁੱਛਿਆ ਜੇ ਤੁਹਾਨੂੰ ਪਤਾ ਨਹੀਂ ਤਾਂ ਤੁਹਾਨੂੰ ਇਹ ਕਿੱਦਾਂ ਪਤਾ ਵੀ ਉਹਦੇ ਗੁਰਦੇ ਫੇਲ ਹੋ ਗਏ ਜੀ? ਇਹ ਤਾਂ ਸਰਕਾਰ ਕੋਲ ਕੋਈ ਜਵਾਬ ਨਹੀਂ ਸੀ। ਫਿਰ ਆਖਿਆ ਅਸੀਂ ਕਾਰਵਾਈ ਕਰਨ ਲੱਗੇ ਹਾਂ,
ਜਿਹਨੂੰ ਤੁਸੀਂ ਅਜੇ 8 ਦਿਨ ਪਹਿਲਾਂ ਤੱਕ ਕਹਿੰਦੇ ਸੀ ਕਿ ਉਹ ਅੱਤਵਾਦੀ ਨਹੀਂ, ਉਹ ਗਲਤ ਬੰਦਾ ਨਹੀਂ, ਹੁਣ ਉੱਥੇ ਕਾਰਵਾਈ ਕਿਉਂ ਕਰਨ ਲੱਗੇ? ਇਰਾਨ ਦੀ ਸਰਕਾਰ ਨੇ ਉਹਨਾਂ ਦੀ ਫੌਜ ਦੇ ਕਮਾਂਡਰ ਨੇ ਜਿਹੜੀ ਧਮਕੀ ਦਿੱਤੀ ਕਿ ਅਜੇ ਤਾਂ ਭਾਰਤ ਵੱਲੋਂ ਕੁੱਟ ਪਈ, ਅਸੀਂ ਵੀ ਪੈਣ ਲੱਗੇ ਹਾਂ ਕਿਉਂਕਿ ਤੁਸੀਂ ਅੜਦੇ ਨਹੀਂ ਜੀ, ਅਤੇ ਉਹਨੇ ਇਹ ਵੀ ਆਖਿਆ ਕਿ ਪਾਕਿਸਤਾਨ ਇਹ ਦੱਸ ਦੇਵੇ ਕਿਹੜਾ ਦੇਸ਼ ਹੈ ਜਿਹਨੇ ਉਹਨੇ ਇਹੋ ਜਿਹਾ ਰੇਡ ਕਰ ਨਹੀਂ ਪਾਇਆ, ਸਭ ਥਾਵਾਂ 'ਤੇ ਪਿਆ ਅਤੇ ਅਸੀਂ ਵੀ ਪਵਾਂਗੇ। ਹੁਣ ਉੱਧਰੋਂ ਵੀ ਘਬਰਾਹਟ ਹੈ, ਸਾਰੇ ਪਾਸਿਓਂ ਘਿਰੇ ਗਏ ਪਾਕਿਸਤਾਨ ਨੇ। ਮੰਗਲਵਾਰ ਦੇ ਦਿਨ ਇਹ ਐਲਾਨ ਕੀਤਾ ਕਿ ਅਸੀਂ ਆਹ ਕਾਰਵਾਈ ਇਹਨਾਂ ਅੱਤਵਾਦੀ ਜਥੇਬੰਦੀਆਂ 'ਤੇ ਕਰ ਰਹੇ ਹਾਂ। ਮਸੂਦ ਦੇ ਦੋ ਭਰਾ, ਉਹਨਾਂ 'ਚੋਂ ਇੱਕ ਸ਼ਾਇਦ ਸਕਾ ਅਤੇ ਇੱਕ ਕਜ਼ਨ ਹੈ, ਉਹ ਵੀ ਗ੍ਰਿਫਤਾਰ ਕੀਤੇ ਗਏ ਨੇ ਜੀ। ਉਹਨਾਂ ਨੇ ਸਾਰੀ ਦੁਨੀਆ ਨੂੰ ਵਿਖਾ ਦਿੱਤਾ ਕਿ ਅਸੀਂ ਤੁਹਾਡੇ ਕਹਿਣ ਦੇ ਉੱਤੇ, ਭਾਵੇਂ ਇਹ ਨਹੀਂ ਆਖਿਆ ਤੁਹਾਡੇ ਕਹਿਣ 'ਤੇ, ਕਹਿੰਦੇ ਜੀ ਅਸੀਂ ਆਪਣੇ ਦੇਸ਼ ਦੇ ਹਾਲਾਤ ਦਾ ਕਰਕੇ ਕਾਰਵਾਈ ਕੀਤੀ ਹੈ, ਸਾਡੇ 'ਤੇ ਕੋਈ ਬਾਹਰੀ ਦਬਾਅ ਨਹੀਂ ਜੀ, ਪਰ ਦੁਨੀਆ ਨੂੰ ਵਿਖਾ ਦਿੱਤਾ ਕਿ ਤੁਹਾਡੇ ਕਹਿ 'ਤੇ ਅਸੀਂ ਕਾਰਵਾਈ ਕਰਤੀ ਆ। ਇਹ ਵੀ ਬਹੁਤ ਵੱਡਾ ਭੁਲੇਖਾ ਹੋ ਸਕਦਾ, ਇਹ ਤਾਂ 4 ਮਹੀਨੇ ਪਹਿਲਾਂ ਦੀ ਗੱਲ ਹੈ, 4.5 ਮਹੀਨੇ ਹੋਣਗੇ, 5 ਹੋਣਗੇ ਜੀ, ਜਦੋਂ ਸਰਕਾਰ ਸੰਸਾਰ ਪੱਧਰ ਦੀ ਇੱਕ ਜਥੇਬੰਦੀ ਹੈ, ਫਾਈਨੈਂਸ਼ੀਅਲ ਐਕਸ਼ਨ ਟੇਕਨ ਫੋਰਸ FATF, ਫਾਈਨੈਂਸ਼ੀਅਲ ਐਕਸ਼ਨ ਟੇਕਨ ਫੋਰਸ ਜਿਹੜੀ ਆ, ਉਹਨਾਂ ਨੇ ਇਹ ਆਖਿਆ ਸੀ ਕਿ ਪਾਕਿਸਤਾਨ ਸਰਕਾਰ ਪੈਸੇ ਲੈਂਦੀ ਹੈ ਦਹਿਸ਼ਤਗਰਦੀ ਖਿਲਾਫ ਲੜਨ ਦੇ, ਪਰ ਦਹਿਸ਼ਤਗਰਦੀ ਨੂੰ ਪ੍ਰਮੋਟ ਕਰਦੀ, ਉਹਦੇ ਖਿਲਾਫ਼ ਕਾਰਵਾਈ ਕੋਈ ਨਹੀਂ ਕਰਦੀ। ਇਹ ਕੰਮ ਪਿਛਲੇ ਸਾਲ ਸ਼ੁਰੂ ਹੋਇਆ ਸੀ ਜੀ। ਪਾਕਿਸਤਾਨ ਜਦੋਂ ਚੋਣਾਂ ਹੋਣੀਆਂ ਹੁੰਦੀਆਂ ਅਤੇ ਸਰਕਾਰ ਨਹੀਂ ਰਹਿੰਦੀ, ਸਰਕਾਰ ਸਿਆਸੀ ਤੋੜ ਦਿੱਤੀ ਜਾਂਦੀ ਹੈ ਅਤੇ ਉਹਦੀ ਥਾਂ 'ਤੇ ਇੱਕ ਕੇਅਰਟੇਕਰ ਸਰਕਾਰ ਬਣਾਈ ਜਾਂਦੀ ਹੈ ਜਿਹੜੀ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਸਾਂਝੀ ਗਿਣੀ ਜਾਂਦੀ ਹੈ। ਉਦੋਂ ਸਾਂਝੀ ਸਰਕਾਰ ਸੀ, ਸਹਿਮਤੀ ਵਾਲੀ, ਉਹਨਾਂ ਜਾ ਕੇ ਆਖਿਆ ਜੀ ਸਾਡੇ 'ਤੇ ਬਸ ਕੋਈ ਨਹੀਂ, ਜਾਂ ਪਿਛਲੀ ਸਰਕਾਰ ਜਾਣ ਅਗਲੀ ਆਰਣ ਦਿਓ। ਉਦੋਂ ਫਾਈਨੈਂਸ਼ੀਅਲ ਐਕਸ਼ਨ ਟੇਕਨ ਫੋਰਸ ਨੇ ਕਹਿਤਾ ਠੀਕ ਹੈ ਟਾਈਮ ਦਿੰਦੇ ਹਾਂ, 2 ਵਾਰੀ ਟਾਈਮ ਦਿੱਤਾ, ਅਤੇ ਫਿਰ ਇਹਨਾਂ ਨੇ ਜਾ ਕੇ ਉੱਥੇ ਆਖਿਆ ਜੀ ਅਸੀਂ ਇਹਨਾਂ ਦੇ ਉੱਤੇ ਕਾਰਵਾਈ ਕਰਤੀ ਹੈ। ਅਤੇ ਜਦੋਂ ਫਾਈਨੈਂਸ਼ੀਅਲ ਐਕਸ਼ਨ ਟੇਕਨ ਫੋਰਸ ਨੇ ਮਤਾ ਪਾਸ ਕਰਤਾ ਕਿ ਪਾਕਿਸਤਾਨ ਸਿੱਧੇ ਰਾਹ ਆ ਗਿਆ, ਅਤੇ ਉਦੋਂ ਬਾਅਦ ਪਤਾ ਲੱਗਾ ਕਿ ਕਾਰਵਾਈ ਕੀਤੀ ਨਹੀਂ, ਇਹ ਆਖਿਆ ਸੀ ਕਰਨ ਲੱਗੇ ਹਾਂ, ਲਿਸਟਾਂ ਬਣਾਈਆਂ ਸੀ ਅਤੇ ਉਹਨਾਂ ਲਿਸਟਾਂ ਦੇ ਵਿੱਚ ਇਹਨਾਂ 'ਚੋਂ ਕਿਸੇ ਦਾ ਵੀ ਨਾਂ ਨਹੀਂ ਸੀ ਜੀ, ਅਤੇ ਜੀ ਅੱਗੇ ਧੋਖਾ ਦਿੱਤਾ ਸੀ। ਅਤੇ ਚੋਰੀ ਜਿਹਨੇ ਇੱਕ ਵਾਰ ਕੀਤੀ ਹੋਈ ਉਹਨੂੰ ਦੂਜੀ ਵਾਰੀ ਕਰਦਿਆਂ ਕਿਹੜੀ ਤਕਲੀਫ ਹੁੰਦੀ ਹੈ? ਪਾਕਿਸਤਾਨ ਜਦ ਤੱਕ ਇਹ ਸਾਰਾ ਕੁਝ ਕਰ ਨਹੀਂ ਦਿੰਦਾ, ਉਹਦੇ ਉੱਤੇ ਦੁਨੀਆ ਨੂੰ ਭਰੋਸਾ ਨਹੀਂ ਹੋਣਾ। ਪਰ ਸਾਹਿਬ ਦਿੱਲੀ ਬਾਰੇ ਵੀ ਥੋੜ੍ਹੀ ਜਾਣਕਾਰੀ ਦੇ ਹੀ ਦਿਓ, ਕਿਉਂਕਿ ਸਮਝੌਤਾ ਹੁੰਦਾ ਹੁੰਦਾ ਕਹਿੰਦੇ ਐਂ ਮਿਲਣੀ ਵਾਲੇ ਕੰਬਲ ਹਾਰ ਹੂਰ ਲਿਆਂਦੇ, ਸਾਰਾ ਕੁਛ ਵਿੱਚ ਹੀ ਰਹਿ ਗਿਆ। ਸ਼ੀਲਾ ਦੀਕਸ਼ਿਤ ਹੋਰੀ ਨਹੀਂ ਮੰਨੇ, ਉਹ ਕਹਿੰਦੇ ਨਹੀਂ ਆਪ ਨਾਲ ਸਮਝੌਤਾ ਨਹੀਂ ਕਰਨਾ, ਅਤੇ ਕੇਜਰੀਵਾਲ ਸਾਹਿਬ ਨੇ ਟਵੀਟ ਕਰਤਾ, ਨਾਲ ਹੀ ਉਹ ਕਹਿੰਦੇ ਕਾਂਗਰਸ ਅਤੇ ਭਾਜਪਾ ਦੇ ਰਲੇ ਆ। ਸਾਰੀ ਤਿਆਰੀ ਹੈਗੀ ਸੀ ਸਮਝੌਤੇ ਦੀ ਜੀ, ਪਰ ਇੱਕ ਤਰਫਾ ਸੀ ਜੀ। ਕਾਂਗਰਸ ਵਾਲੇ ਪਾਸਿਓਂ ਸਿਵਾਏ ਰਾਹੁਲ ਗਾਂਧੀ ਤੋਂ ਹੋਰ ਕੋਈ ਇਸ ਗੱਲ ਵਾਸਤੇ ਸਹਿਮਤ ਨਹੀਂ ਸੀ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰੀਏ ਜੀ, ਕਿਉਂਕਿ ਜਿਹੜੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਨੇੜਤਾ ਦੀ ਗੱਲ ਕਰਦੇ ਹੁੰਦੇ ਸੀ ਉਹ ਅੱਜ ਕੱਲ੍ਹ ਪਿਛਲੀ ਸੀਟ 'ਤੇ ਚਲੇ ਗਿਆ ਜੀ। ਦਿੱਲੀ ਦੇ ਵਿੱਚ ਕਾਂਗਰਸ ਦੀ ਅਗਵਾਈ ਇਸ ਵੇਲੇ ਸ਼ੀਲਾ ਦੀਕਸ਼ਿਤ ਦੇ ਕੋਲ ਹੈ, ਜਿਹੜੀ 3 ਵਾਰੀਆਂ ਦੀ ਮੁੱਖ ਮੰਤਰੀ ਹੈ, 15 ਸਾਲ ਰਾਜ ਕਰ ਚੁੱਕੀ ਹੈ, ਅਤੇ ਉਹਦੀ ਨਿੱਜੀ ਕੁੜੱਤਣ ਜੀ। ਨਿੱਜੀ ਕੁੜੱਤਣ ਇਹ ਹੈ ਕਿ ਜਦੋਂ ਪਹਿਲੀ ਚੋਣ ਲੜੀ ਕੇਜਰੀਵਾਲ ਨੇ ਅਤੇ ਇਹਨੇ ਦਿੱਲੀ ਦੇ 70 ਹਲਕਿਆਂ 'ਚੋਂ ਉਹ ਹਲਕਾ ਚੁਣਿਆ ਸੀ ਜਿਹੜੇ ਹਲਕੇ ਤੋਂ ਸ਼ੀਲਾ ਦੀਕਸ਼ਿਤ ਨੇ ਚੋਣ ਲੜਨੀ ਜੀ, ਸਾਰੇ ਕਹਿੰਦੇ ਸੀ ਉਹ 3 ਵਾਰੀਆਂ ਦੀ ਮੁੱਖ ਮੰਤਰੀ, ਉਹਦੇ ਸਾਹਮਣੇ ਜਾ ਕੇ ਖਲੋ ਗਿਆ, ਬੇਇੱਜ਼ਤੀ ਕਰਵਾਊਗਾ। ਪਰ ਹੋਇਆ ਇਹ ਕਿ ਐਡੇ ਵੱਡੇ ਫਰਕ ਨਾਲ ਜਿੱਤਿਆ ਕਿ ਸ਼ੀਲਾ ਵਿਚਾਰੀ ਬਾਜ਼ਾਰ 'ਚ ਲੋਕਾਂ ਕੋਲ ਖਲੋਣ ਜੋਗੀ ਨਾ ਰਹਿ ਗਈ ਜੀ। ਫਿਰ ਉਹ ਦਿੱਲੀ ਦੀ ਰਾਜਨੀਤੀ ਛੱਡ ਕੇ ਉਹ ਕੇਰਲਾ ਦੀ ਗਵਰਨਰ ਲੱਗ ਗਈ ਸੀ, ਉਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ, ਉਹਨਾਂ ਨੇ ਉੱਥੇ ਲਾ ਦਿੱਤਾ ਸੀ, ਦੱਖਣ 'ਚ ਜਾ ਬੈਠੀ ਸੀ ਜੀ, ਇੱਥੋਂ ਵਾਲਾ ਕੰਮ ਖਾਲੀ ਕਰ ਗਈ ਸੀ।
ਉਹਨੂੰ ਅਜੇ ਉਸ ਵਕਤ ਦੀ ਕੌੜ ਨਹੀਂ ਭੁੱਲਦੀ ਕਿ ਮੈਂ ਸਮਝਦੀ ਸੀ ਕੱਲ੍ਹ ਦਾ ਜਵਾਬ ਕਹਿਤੇ ਇਹਨੇ ਐਡੀ ਬੇਇੱਜ਼ਤੀ ਕਰ ਦਿੱਤੀ। ਰਾਹੁਲ ਗਾਂਧੀ ਚਾਹੁੰਦਾ ਸੀ ਕਿ ਸਮਝੌਤਾ ਹੋ ਜਾਵੇ। ਦੂਜਾ, ਕਾਂਗਰਸ ਪਾਰਟੀ ਨੇ ਜਿਹੜੀਆਂ ਸ਼ਰਤਾਂ ਲਾਈਆਂ ਕਿ ਦਿੱਲੀ ਵਿੱਚ ਜੇ ਆਮ ਆਦਮੀ ਪਾਰਟੀ ਸੱਤਾਂ 'ਚੋਂ 3 ਸੀਟਾਂ ਵੀ ਦੇਵੇ ਤਾਂ ਲੈ ਲਵਾਂਗੇ ਜੀ, ਬਦਲੇ 'ਚ ਅਸੀਂ ਪੰਜਾਬ 'ਚੋਂ 2 ਸੀਟਾਂ ਦੇ ਦਿਆਂਗੇ ਜੀ, ਪਰ ਨਾਲ ਸਾਡੀ ਸ਼ਰਤ ਇਹ ਆ ਕਿ ਸਾਰੇ ਹਿੰਦੁਸਤਾਨ ਦੇ ਕਿਸੇ ਸੂਬੇ 'ਚ ਤੁਸੀਂ ਕੋਈ ਬੰਦਾ ਖੜਾ ਨਹੀਂ ਕਰੋਗੇ ਜੀ। ਅਤੇ ਕੇਜਰੀਵਾਲ ਹੋਰ ਕਹਿੰਦੇ ਸੀ ਕਿ ਇਹ ਕਿੱਦਾਂ ਹੋ ਸਕਦਾ, ਤੁਹਾਡਾ ਮਹਾਰਾਸ਼ਟਰ ਵਿੱਚ NCP ਨਾਲ ਸਮਝੌਤਾ, ਪਰ ਗੋਆ ਦੇ ਵਿੱਚ ਉਹ ਮੇਘਾਲਿਆ 'ਚ ਜਾ ਕੇ NCP ਆਪਣੇ ਬੰਦੇ ਖੜੇ ਕਰਦੀ, ਤੁਸੀਂ ਕਿਤੇ ਰੋਕਦੇ ਜਿਹਨੂੰ ਜੀ। ਇੱਦਾਂ ਬਾਕੀ ਪਾਰਟੀ ਜਿੱਥੇ ਸਮਝੌਤਾ ਸਮਝੌਤਾ ਰੱਖ ਲਓ, BJP ਵੀ ਕਈਆਂ ਥਾਵਾਂ 'ਤੇ ਇਸ ਤਰ੍ਹਾਂ ਕਰਦੀ ਹੈ। ਸ਼ਿਵ ਸੈਨਾ ਨਾਲ ਮਹਾਰਾਸ਼ਟਰ ਸਮਝੌਤਾ, ਪਰ ਗੋਆ 'ਚ ਆ ਕੇ ਸ਼ਿਵ ਸੈਨਾ ਬਰਾਬਰ 'ਤੇ ਬੰਦੇ ਖੜੇ ਕਰ ਦਿੰਦੀ ਹੈ ਜੀ, ਅਤੇ ਸਾਨੂੰ ਤੁਸੀਂ ਇੰਨਾ ਨਾ ਮੰਨੋ। ਇਹਦੇ ਉੱਤੇ ਕੱਲ੍ਹ ਲੱਗਦਾ ਸੀ ਕਿ ਗੱਲ ਮੰਗਲਵਾਰ ਸਾਰੀ ਤੈਅ ਹੋ ਜਾਣੀ ਹੈ ਜੀ, ਆਖਰੀ ਵਕਤ 'ਤੇ ਜਾ ਕੇ ਰੇੜਕਾ ਪੈ ਗਿਆ। ਔਰ ਸ਼ੀਲਾ ਦੀਕਸ਼ਿਤ ਦਾ ਗਰੁੱਪ ਇੰਨਾ ਭਾਰੂ ਸੀ ਕਿ ਉਹਨਾਂ ਨੇ ਰਾਹੁਲ ਗਾਂਧੀ ਦੀ ਪੇਸ਼ ਨਹੀਂ ਜਾਣ ਦਿੱਤੀ, ਅਤੇ ਗੱਲ ਆਖਰ ਨੂੰ ਟੁੱਟ ਗਈ ਜੀ। ਟੁੱਟਣੀ ਵੀ ਹੈਗੀ ਸੀ। ਹੁਣ ਕੇਜਰੀਵਾਲ ਹੋਰਾਂ ਦੇ ਸਾਹਮਣੇ ਸਮੱਸਿਆ ਕੀ ਹੈ? ਇੱਕ ਪਾਸਿਓਂ ਤਾਂ ਉਹਨੇ 4 ਸਾਲ ਰਾਜ ਚਲਾਇਆ ਦਿੱਲੀ 'ਚ ਜੀ, ਅਤੇ ਉਸ ਕਹਿੰਦਾ ਮੈਂ ਲੋਕਾਂ ਦਾ ਕੰਮ ਇੰਨਾ ਕੀਤਾ ਕਿ ਮੈਂ ਆਪਣੀ ਸੀਟਾਂ ਆਪਣੀਆਂ ਕੱਢ ਜਾਣੀਆਂ ਜੀ। ਦਿੱਲੀ ਦੀਆਂ 7 ਸੀਟਾਂ 'ਚੋਂ 2 ਲੈ ਜਾਂ, 3 ਲੈ ਜਾਂ, 4 ਲੈ ਜਾਂ, ਕੀ ਪਤਾ ਮੈਂ 7 ਹੀ ਨਹੀਂ ਲੈ ਜਾਣੀ, ਉੱਥੇ ਇੱਥੋਂ ਤੱਕ ਵੀ ਆਸਾਂ ਰੱਖੀ ਬੇਟਾ ਜੀ। ਅਤੇ ਜਿਹੜਾ ਕੋਈ ਰੱਖਦਾ ਹੋਵੇ ਆਸ ਨਾਲ ਜਾਣ ਕੇ, ਮੈਂ ਕਾਹਨੂੰ ਦਿਲ ਤੋੜਨਾ ਜੀ। ਭਗਵੰਤ ਮਾਨ ਕਹਿੰਦਾ ਕਿ ਮੇਰੇ ਸੰਗਰੂਰ ਦੀ ਸੀਟ ਕੋਈ ਲਾ ਹੀ ਨਹੀਂ ਸਕਦਾ, ਤਾਂ ਠੀਕ ਆ, ਮਾਨ ਨੂੰ ਵੀ ਆਪਣਾ ਮਾਣ ਕਰਨ ਦਿਓ ਜੀ। ਜੇ ਕਾਂਗਰਸ ਨਾਲ ਸਮਝੌਤਾ ਹੋ ਜਾਂਦਾ ਤਾਂ ਫਾਇਦੇ 'ਚ ਰਹਿੰਦੇ, ਨਹੀਂ ਹੋਇਆ ਇਹ ਵੀ ਘਾਟੇ 'ਚ ਆ, ਕਾਂਗਰਸ ਵੀ ਘਾਟੇ 'ਚ ਆ। ਕੇਜਰੀਵਾਲ ਆਖੇਗਾ ਇਹ BJP ਨਾਲ ਰਲੇ ਆ, ਇਹ ਕਹਿਣਗੇ ਕੇਜਰੀਵਾਲ ਉਹਦੇ ਨਾਲ ਰਲਿਆ। BJP ਇਸ ਵੇਲੇ ਖੁਸ਼ ਹੋਵੇਗੀ ਕਿ ਦੋਵੇਂ ਆਪੋ 'ਚ ਇਕੱਠੇ ਨਹੀਂ ਹੋ ਸਕੇ ਜੀ। ਪਰ ਸਭ ਅਗਲੀ ਗੱਲ ਮੈਂ ਪੁੱਛਣੀ ਚਾਹੁੰਦਾ ਮੰਤਰੀ ਮੰਡਲ ਬਾਰੇ, ਪੰਜਾਬ ਸਰਕਾਰ ਦੀ ਮੰਤਰੀ ਮੰਡਲ ਦੀ ਬੈਠਕ ਇੱਕ ਵਾਰ ਪਹਿਲਾਂ ਰੱਦ ਹੋ ਕੇ ਅਤੇ ਦੁਬਾਰਾ ਹੋਈ, ਅਤੇ ਉਹਦੇ ਵਿੱਚ ਕਾਫੀ ਸਾਰੀਆਂ ਰਿਆਇਤਾਂ ਖਾਸ ਕਰਕੇ ਜਿਹੜੇ ਕੱਚੇ ਮੁਲਾਜ਼ਮ ਸੀ ਉਹਨਾਂ ਦੇ ਸੰਬੰਧ ਦੇ ਵਿੱਚ ਦਿੱਤੀਆਂ ਗਈਆਂ, ਇਹਨੂੰ ਕਿਵੇਂ ਦੇਖਦੇ ਹੋ? ਪਿਛਲੇ ਹਫ਼ਤੇ ਦਾ ਤੁਹਾਨੂੰ ਚੇਤਾ, ਪਟਿਆਲੇ ਦੇ ਰਜਿੰਦਰਾ ਹਸਪਤਾਲ ਦੀ ਛੱਤ ਤੋਂ 2 ਕੁੜੀਆਂ ਨੇ, ਨਰਸਾਂ ਨੇ ਛਾਲਾਂ ਮਾਰ ਦਿੱਤੀਆਂ ਸੀ ਜੀ। ਇੱਕ ਕੁੜੀ ਨੈੱਟ 'ਤੇ ਡਿੱਗੀ ਅਤੇ ਨੈੱਟ 'ਤੇ ਡਿੱਗ ਕੇ ਜ਼ਮੀਨ 'ਤੇ ਵੱਜੀ, ਉਹਨੂੰ ਕੱਟ ਸੱਟਾਂ ਸੀ, ਦੂਸਰੀ ਤੱਕ ਨੈੱਟ ਜਿਹੜਾ ਸੀ ਉੱਥੇ ਟਿਕਾਣੇ ਆ ਹੀ ਨਾ ਸਕਿਆ, ਉਹ ਸਿੱਧੀ ਆ ਕੇ ਜ਼ਮੀਨ 'ਤੇ ਡਿੱਗੀ ਜੀ, ਮਰਨਾਊ ਪਈ ਆ। ਇਹ ਨੌਬਤ ਕਿਉਂ ਆਈ? ਹੁਣ ਇਹੋ ਜਿਹੜਾ ਕੰਮ ਕਰਨਾ ਸੀ ਵੇਲੇ ਸਿਰ ਕਰ ਦਿੰਦੇ ਜੀ। ਵੇਲੇ ਦੀ ਨਮਾਜ਼ ਹੁੰਦੀ ਆ, ਕਵੇਲੇ ਦੀਆਂ ਟੱਕਰਾਂ ਹੁੰਦੀਆਂ। ਪਿਛਲੇ ਹਫ਼ਤੇ ਵੀ ਤਾਂ ਮੀਟਿੰਗ ਹੋਈ ਸੀ ਮੰਤਰੀ ਮੰਡਲ ਦੇ ਜੀ, ਜਿਹੜੇ ਅਫਸਰਾਂ ਨੇ ਉਸ ਵੇਲੇ ਤੱਕ ਫਾਈਲ ਪੁੱਟਅਪ ਨਹੀਂ ਕੀਤੀ, ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਕਿਉਂ ਨਹੀਂ ਪੁੱਟਅਪ ਕੀਤੇ। ਉਦੋਂ ਸਮਝਿਆ ਜਾਂਦਾ ਸੀ ਕਿ ਸਾਰਾ ਕੰਮ ਹੋ ਜਾਣਾ, ਅਤੇ ਹੋਣਾ ਕਿਉਂ ਸੀ? ਇਸ ਕਰਕੇ ਨਹੀਂ ਕਿ ਇਹ ਮੁਲਾਜ਼ਮਾਂ ਨੂੰ ਖੁਸ਼ ਕਰਨਾ ਚਾਹੁੰਦੇ ਸੀ ਜੀ। ਦੂਜੀ ਗੱਲ ਸੀ ਕਿ ਉਦੋਂ ਤੱਕ ਇਹਨਾਂ ਨੂੰ ਚਿੰਤਾ ਸੀ ਕਿ ਚੋਣ ਕਮਿਸ਼ਨ ਕਿਸੇ ਵਕਤ ਵੀ ਤਰੀਕਾਂ ਦਾ ਐਲਾਨ ਕਰ ਸਕਦਾ, ਅਤੇ ਜੇ ਚੋਣ ਜ਼ਾਬਤਾ ਲਾਗੂ ਹੋ ਗਿਆ ਤਾਂ ਇਹ ਫੈਸਲੇ ਹੋ ਨਹੀਂ ਸਕਣੇ, ਜੇ ਫੈਸਲੇ ਹੋਏ ਨਾ ਤਾਂ ਨਰਸਾਂ ਅਤੇ ਟੀਚਰ ਇਹ ਸਾਰੇ ਲੋਕ ਸਾਡੇ ਗੜ ਪੈਣਗੇ ਜੀ। ਇਹਨਾਂ ਸਾਰੀ ਤਿਆਰੀ ਕੀਤੀ ਸੀ, ਪਰ ਉਦੋਂ ਇਹ ਕੰਮ ਨਹੀਂ ਹੋ ਸਕਿਆ। ਉਸੇ ਤੋਂ ਖਿੱਚ ਕੇ ਕੁੜੀਆਂ ਨੇ ਛਾਲਾਂ ਮਾਰੀਆਂ ਸੀ ਜੀ, ਟੀਚਰ ਵੀ ਸੀ। ਹੁਣ ਫੈਸਲਾ ਹੋ ਗਿਆ, ਫੈਸਲਾ ਤਾਂ ਦੇਰ ਆਏ ਦਰੁਸਤ ਆਇਆ, ਅਤੇ ਫੈਸਲਾ ਕਰਨ ਵਾਸਤੇ ਟਾਈਮ ਇਹਨਾਂ ਨੂੰ ਮੋਦੀ ਸਾਹਿਬ ਦਾ ਕਰਕੇ ਮਿਲ ਗਿਆ ਜੀ। ਚੋਣ ਕਮਿਸ਼ਨ ਮੰਨੇ ਜਾਂ ਨਾ ਮੰਨੇ, ਲੋਕ ਕਹਿੰਦੇ ਆ ਜੀ ਚੋਣ ਕਮਿਸ਼ਨ ਤੱਕ ਪਹੁੰਚ ਕਿਸੇ ਤਰੀਕੇ ਹੋਈ ਹੈ
ਕਿ ਮੋਦੀ ਸਾਹਿਬ ਨੇ ਫਲਾਣੇ ਫਲਾਣੇ ਪ੍ਰੋਜੈਕਟ ਜਿਹੜੇ ਆ ਉਹਨਾਂ 'ਚ ਨੀਂਹ ਪੱਥਰ ਰੱਖਣੇ ਜਾਂ ਉਦਘਾਟਨ ਕਰਨੇ ਉਹ ਕਰ ਲੈਣ ਦਿਓ ਅਤੇ ਫਿਰ ਚੋਣ ਜ਼ਾਬਤਾ ਲਾਗੂ ਕਰਿਓ ਜੀ। ਇਹ ਗੱਲ ਸੱਚੀ ਹੋਵੇ ਨਾ ਸੱਚੀ ਹੋਵੇ ਲੋਕਾਂ ਵਿੱਚ ਤਾਂ ਚਰਚਾ ਹੈਗੀ ਹੈ ਜੀ। ਅਤੇ ਜੇ 7 ਤਰੀਕ ਤੱਕ ਮੋਦੀ ਸਾਹਿਬ ਇਹ ਸਾਰਾ ਕੁਝ ਕਰਦੇ ਆ, 8 ਨੂੰ ਵੀ ਸਵੇਰੇ 2 ਚੀਜ਼ਾਂ ਦਾ ਉਦਘਾਟਨ ਕਰ ਦਿੰਦੇ ਆ ਅਤੇ ਦੁਪਹਿਰ ਤੋਂ ਬਾਅਦ 4 ਤਰੀਕਾਂ ਦਾ ਐਲਾਨ ਹੋ ਜਾਂਦਾ ਅਤੇ ਨਾਲ ਚੋਣ ਜ਼ਾਬਤਾ ਲਾਗੂ ਹੋ ਜਾਂਦਾ ਅਤੇ ਫਿਰ ਲੋਕ ਕਹਿਣਗੇ ਕਿ ਚੋਣ ਕਮਿਸ਼ਨ ਦੇ ਨਾਲ ਮਿਲ ਕੇ ਸਾਰਾ ਕੁਝ ਕਰਾਇਆ ਗਿਆ ਜੀ। ਉਹ ਕਿਹਾ ਜਾਵੇ ਨਾ ਕਿਹਾ ਜਾਵੇ, ਮੋਦੀ ਜਾਣੇ ਚੋਣ ਕਮਿਸ਼ਨ ਜਾਣੇ, ਬਾਕੀ ਸਭ ਪਾਸੇ ਰਹਿਣ ਦੀ ਗੱਲ। ਪਰ ਪੰਜਾਬ ਸਰਕਾਰ ਨੂੰ ਜਿੰਨਾ ਟਾਈਮ ਮਿਲ ਗਿਆ ਸੀ ਨਰਿੰਦਰ ਮੋਦੀ ਦਾ ਕਰਕੇ ਮਿਲ ਗਿਆ ਸੀ, ਹੁਣ ਇਹਨਾਂ ਨੇ ਵਰਤ ਲਿਆ। 5178 ਜਿਹੜੇ ਟੀਚਰ ਨੇ ਉਹਨਾਂ ਸਾਰਿਆਂ ਦੀਆਂ ਸੇਵਾਵਾਂ ਰੈਗੂਲਰ ਕਰ ਦਿੱਤੀਆਂ ਅਤੇ ਨਾਲ ਫੁੱਲ ਗ੍ਰੇਡ ਦੇ ਦਿੱਤਾ ਜਿਹੜਾ ਪਿਛਲੀ ਸਰਕਾਰ ਦੇਣ ਨੂੰ ਤਿਆਰ ਨਹੀਂ ਸੀ। ਅਤੇ ਇਹਨਾਂ ਨੇ ਵੀ 2 ਸਾਲ ਇੱਦਾਂ ਲੰਘਾ ਦਿੱਤੇ ਸੀ, ਚਲੋ 2 ਸਾਲ ਬਾਅਦ ਹੀ ਸੀ ਦੇ ਰਹੇ, ਦਰੁਸਤ ਹੈ ਜੀ, ਦੇ ਦਿੱਤਾ। 650 ਨਰਸਾਂ ਜਿਨ੍ਹਾਂ ਨੂੰ ਰੈਗੂਲਰਾਈਜ਼ ਕਰਤਾ ਗਿਆ, ਨਾਲ ਉਹਨਾਂ ਨੂੰ ਫੁੱਲ ਗ੍ਰੇਡ ਦੇਣ ਦਾ ਫੈਸਲਾ ਕਰਤਾ ਗਿਆ ਜੀ। ਇਹ ਮੁੱਢਲੀਆਂ ਖਬਰਾਂ ਜਿਹੜੀਆਂ ਸਾਡੇ ਕੋਲ ਆਈਆਂ ਨੇ ਜੀ ਜੀ। ਜਦੋਂ ਨੋਟੀਫਾਈ ਹੋ ਕੇ ਆਵੇਗਾ ਅਸਲ ਗੱਲ ਉਹ 'ਚੋਂ ਪਤਾ ਲੱਗਣੀ ਹੈ ਜੀ। ਪਰ ਲੱਗਦਾ ਕਿ ਸਰਕਾਰ ਇਸ ਪਾਸੇ ਨੂੰ ਤੁਰ ਪਈ ਹੈ। ਇਹਦੇ ਨਾਲ ਕੁਝ ਫੈਸਲੇ ਮਜ਼ਦੂਰਾਂ ਬਾਰੇ, ਕੁਝ ਫੈਸਲੇ ਕਿਸਾਨਾਂ ਬਾਰੇ, ਕੁਝ ਫੈਸਲੇ ਹੋਰ ਵਰਗਾਂ ਬਾਰੇ ਵੀ ਕੀਤੇ ਜੀ। ਪਿਛਲੇ 3 ਦਿਨਾਂ 'ਚ ਪੁਲਿਸ ਦੇ ਅਤੇ ਸਿਵਲ ਦੇ ਅਫਸਰਾਂ ਦੀਆਂ ਬਦਲੀਆਂ ਜਿਵੇਂ ਧੜਾਧੜ ਕੀਤੀਆਂ ਗਈਆਂ, ਪੁਲਿਸ ਦੇ ਅਫਸਰਾਂ ਦੀਆਂ ਪ੍ਰਮੋਸ਼ਨਾਂ ਬੜੇ ਚਿਰ ਦੀਆਂ ਪੈਂਡਿੰਗ ਪਈਆਂ ਸੀ ਜੀ। ਠੰਡਦਾਰ ਤੋਂ ਇੰਸਪੈਕਟਰ ਬਣਾਉਣੇ, ਇੰਸਪੈਕਟਰ ਤੋਂ DSP, DSP ਤੋਂ SP ਬਣਾਉਣੇ, ਉਹ ਸਾਰੇ ਜਿਹੜੇ ਸਨ ਉਹ ਪੋਸਟਾਂ ਪਈਆਂ ਸੀ। ਹੁਣ ਇਹ ਬੂਹੇ ਖਲੋਤੀ ਜੰਜ ਵਿੰਨੋ ਕੁੜੀ ਦੇ ਕੰਮ ਕਾਹਲੀ ਕਾਹਲੀ ਸਾਰਾ ਕੁਝ ਕੀਤਾ ਗਿਆ ਜੀ। ਪਰ ਇਹਨਾਂ ਨੇ ਰੱਖ ਵਿਖਾਈ ਹੈ ਕਿ ਕੰਮ ਕਰ ਲਿਆ, ਨਹੀਂ ਤਾਂ ਪੈਂਡਿੰਗ ਫਾਈਲਾਂ ਰਹਿ ਜਾਂਦੀਆਂ ਜੀ ਅਤੇ ਉਹਦਾ ਫਾਇਦਾ ਨਹੀਂ ਸੀ ਹੋਣਾ। ਹੁਣ ਜਿੰਨਿਆਂ ਕੁ ਲੋਕਾਂ ਤੱਕ ਇਹਨਾਂ ਨੇ ਕੰਮ ਕਰ ਦਿੱਤਾ ਉਹਦਾ ਚੋਣਾਂ 'ਚ ਕੋਈ ਲਾਭ ਖੱਟ ਜਾਣਗੇ ਜੀ। ਪਰ ਮੰਗਾਂ ਦੀ ਗੱਲ ਜਿਹੜੀ ਚੱਲਦੀ ਹੈ ਪੰਨੂ ਸਾਹਿਬ, ਉਹ ਦੇਖੋ ਕਿਸਾਨਾਂ ਵਾਲੀ ਗੱਲ ਜਿਹੜੀ ਹੈ ਉਹ ਵਿੱਚ ਹੀ ਅਜੇ ਅਟਕੀ ਫਿਰਦੀ ਹੈ। ਅਤੇ ਹੁਣ ਹਾਈ ਕੋਰਟ ਨੇ ਵਿੱਚ ਦਖਲ ਦਿੱਤਾ, ਉਹਨੇ ਕਿਹਾ ਜੀ ਮੰਗਾਂ ਤੁਹਾਡੀਆਂ ਅਸੀਂ ਮਨਾਵਾਂਗੇ। ਅਤੇ ਉਹਨਾਂ ਦੀ ਹਾਮੀ ਦੇ ਉੱਪਰ ਫਿਰ ਕਿਸਾਨਾਂ ਨੇ ਕਿਹਾ ਵੀ ਚਲੋ ਧਰਨਾ ਚੱਕ ਲੈਂਦੇ, ਜਿਹੜਾ ਉਹ ਰੇਲਵੇ ਟਰੈਕ ਜਾਮ ਕੀਤਾ ਸੀ। ਦੇਖੋ ਇਹ ਗੱਲ ਤਾਂ ਮੰਨਣੀ ਪਵੇਗੀ ਕਿ ਦੁਨੀਆ ਦਾ ਕੋਈ ਵੀ ਕੰਮ ਕਰਨ ਵਾਲਾ, ਭਾਵੇਂ ਉਹ ਜਹਾਜ਼ ਉਡਾਉਂਦਾ ਹੋਵੇ, ਭਾਵੇਂ ਟੈਂਕ ਚਲਾਉਂਦਾ ਹੋਵੇ, ਭਾਵੇਂ ਕੰਪਿਊਟਰ ਚਲਾਉਂਦਾ ਹੋਵੇ, ਚਲਾਊ ਤਾਂ ਜੇ ਸਰੀਰ ਦਰੁਸਤ ਹੋ ਜੀ। ਅਤੇ ਸਰੀਰ ਕਾਇਮ ਰੱਖਣ ਵਾਸਤੇ ਢਿੱਡ 'ਚ ਰੋਟੀ ਚਾਹੀਦੀ ਹੈ, ਅਤੇ ਰੋਟੀ ਕਿਸਾਨ ਜਿਹੜਾ ਉਹ ਪੈਦਾ ਕਰਦਾ। ਕਦੇ ਕਿਸੇ ਨੇ ਇਹ ਸੋਚਿਆ ਕਿਸਾਨ ਦੀ ਹਾਲਤ ਕੀ? ਹਰ ਕੋਈ ਆਪੋ ਆਪਣੇ ਵਰਗਾਂ ਬਾਰੇ ਸੋਚੀ ਜਾਂਦਾ ਜੀ। ਕਿਸਾਨ ਦੁਖੀ ਹੈ, ਉਹਨਾਂ ਵਾਸਤੇ ਕੁਝ ਕਰਨਾ ਚਾਹੀਦਾ, ਪਰ ਕਿਸਾਨਾਂ ਦੇ ਲੀਡਰਾਂ ਨੂੰ ਦੂਜਾ ਪੱਖ ਵੀ ਸੋਚਣਾ ਚਾਹੀਦਾ। ਪਿਛਲੀ ਸਰਕਾਰ ਵੇਲੇ ਕੱਖ ਨਹੀਂ ਹੋਇਆ ਜੀ, ਅਤੇ ਉਦੋਂ ਕਿਸਾਨਾਂ ਨੇ ਉਹ ਕੁਛ ਨਹੀਂ ਕੀਤਾ ਜੋ ਹੁਣ ਕਰਦੇ ਪਏ। ਸਾਰੇ ਮਾਲਵੇ ਦੇ ਵਿੱਚ ਨਰਮਾ ਚਿੱਟੇ ਮੱਛਰ ਨੇ ਖਾ ਲਿਆ ਸੀ, ਜਿਹੜਾ ਰਹਿੰਦਾ ਸੀ ਉਹ ਸਰਕਾਰ ਦੀ ਸਪਲਾਈ ਕੀਤੀ ਦਵਾਈ ਖਾ ਗਈ ਸੀ, ਉਦੋਂ ਕਿਸਾਨਾਂ ਨੇ ਕੀ ਕਰ ਦਿੱਤਾ ਸੀ ਜੀ। ਹੁਣ ਇਸ ਸਰਕਾਰ ਨੇ ਆ ਕੇ ਬਹੁਤਾ ਨਹੀਂ, ਥੋੜ੍ਹਾ ਸੀ, ਕੁਝ ਤਾਂ ਕੀਤਾ। ਜੇ ਕੁਝ ਕੀਤਾ ਇਹਨਾਂ ਦੇ ਕਿਸਾਨਾਂ ਦੇ ਲੀਡਰਾਂ ਨੂੰ ਟਰੇਡ ਯੂਨੀਅਨ ਵਾਲਿਆਂ ਤੋਂ ਸਿੱਖਣਾ ਚਾਹੀਦਾ ਜੀ। ਟਰੇਡ ਯੂਨੀਅਨ ਵਾਲੇ 1200 ਮੰਗਦੇ ਆ, ਸਰਕਾਰ ਕਹਿੰਦੀ 300 ਦਿੰਦੇ ਆ, ਉਹ ਕਹਿੰਦੇ 1200 ਦੀ ਅਸੀਂ ਮੰਗ ਛੱਡੀ, 1000 ਦੇ ਦਿਓ ਜੀ। ਸਰਕਾਰ ਕਹਿੰਦੇ 500 ਦੇਣਾ ਲੈਣਾ ਲਓ, ਨਹੀਂ ਤਾਂ ਅਸੀਂ ਚੱਲੇ ਜੀ। ਉਹ ਕਹਿੰਦੇ ਓਕੇ ਕਰੋ ਸਮਝੌਤਾ, 500 ਲੈਂਦੇ ਹੋ ਜੇਬ 'ਚ ਪਾ ਕੇ, 2 ਮਹੀਨੇ ਬਾਅਦ ਕਹਿੰਦੇ ਬਾਕੀ ਦਾ 700 ਕਦੋਂ ਦੇਣਾ ਜੀ, ਅਗਲੀ ਲੜਾਈ ਫਿਰ ਕਰਦੇ ਆ ਜੀ। ਇਹ ਕਿਸਾਨਾਂ ਦੇ ਲੀਡਰ ਇੱਦਾਂ ਦੀ ਲੜਾਈ ਨਹੀਂ ਕਰਨਾ ਜਾਣਦੇ, ਇਹ ਬਸ ਬੋੜੀ ਬੋੜੀ ਧਰਨਾ ਲਾਉਣਾ,
ਅਜੇ ਤੱਕ ਇਸ ਲੜਾਈ 'ਚ ਜਿਹੜੇ ਇਹਨਾਂ ਦੇ ਢੰਗ ਵਰਤਣੇ ਚਾਹੀਦੇ ਉਹ ਨਹੀਂ ਵਰਤੇ। ਇੱਕੋ ਇਹਨਾਂ ਕੋਲ ਢੰਗ ਹੁੰਦਾ ਸੀ ਅਸੀਂ ਰੇਲਾਂ ਰੋਕਾਂਗੇ, ਅੱਗੇ ਰੇਲਾਂ ਰੋਕ ਕੇ ਦੋ ਤਿੰਨ ਵਾਰੀ ਗੋਲੀ ਚੱਲੀ, ਬੰਦੇ ਵੀ ਮਰੇ ਸਨ ਜੀ, ਸੜਕਾਂ ਰੋਕਾਂਗੇ। ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਹਾਲਾਤ ਬਦਲ ਗਏ ਆ। 10-12 ਸਾਲ ਪਹਿਲਾਂ ਸ਼ਿਵ ਸੈਨਾ ਵਾਲਿਆਂ ਨੇ ਇੱਕ ਵਾਰੀ ਬੰਬੇ ਬੰਦ ਕਰਾਇਆ ਸੀ, 20 ਲੱਖ ਰੁਪਈਆ ਜੁਰਮਾਨਾ ਬੰਬੇ ਹਾਈ ਕੋਰਟ ਨੇ ਉਹਨਾਂ ਪਾ ਦਿੱਤਾ ਜੀ। ਫਿਰ ਸੁਪਰੀਮ ਕੋਰਟ 'ਚ ਗਏ, ਉਹਨੇ ਆਖਿਆ ਤੁਸੀਂ ਸੜਕਾਂ ਨਹੀਂ ਰੋਕ ਸਕਦੇ। ਅੱਜ ਇਹ ਪਿਛਲੇ ਸਾਲ ਦੀ ਗੱਲ ਆ, ਇੱਕ ਦਿਨ ਰਾਤ ਨੂੰ ਰਜਾਈ ਦੇ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਦੋਵੇਂ ਜਣੇ ਇੱਦਾਂ ਸੜਕ ਦੇ ਉੱਤੇ ਧਰਨਾ ਲਾ ਕੇ ਪਏ ਸੀ ਜਿੱਦਾਂ ਤੋਰੀਏ ਦੇ ਕੁੰਨੂ ਦੇ ਸਿਰਾਣੇ ਦਾਦਾ ਪੋਤਾ ਪਏ ਹੁੰਦੇ ਆ। ਪਰ ਅਗਲੇ ਦਿਨ ਅਦਾਲਤ ਵਿੱਚ ਗੱਲ ਚਲੀ ਗਈ, ਤੁਸੀਂ ਸੜਕ ਤਾਂ ਰੋਕੀ ਆ, ਛੱਡ ਕੇ ਦੋਵੇਂ ਤੁਰ ਗਏ ਸਨ। ਇਸ ਵਾਰੀ ਵੀ ਰੇਲਾਂ ਰੋਕਣ ਲੱਗਿਆਂ ਵੇਖਣਾ ਚਾਹੀਦਾ ਸੀ ਕਾਨੂੰਨੀ ਸਥਿਤੀਆਂ ਕੀ ਆ, ਪਹਿਲਾਂ ਵਾਲੀਆਂ ਕੀ, ਹੁਣ ਕੀ ਆ। ਨਵੇਂ ਹਾਲਾਤ ਵਿੱਚ ਇਹਨਾਂ ਨੂੰ ਲੜਾਈ ਦੇ ਸੰਘਰਸ਼ ਦੇ ਨਵੇਂ ਢੰਗ ਲੱਭਣੇ ਪੈਣਗੇ। ਪੁਰਾਣੇ ਇੱਕੋ ਹੀ ਢੰਗ ਜਿਹੜਾ ਵਾ ਉਹ ਹੁਣ ਗਾਂਹ ਨਹੀਂ ਚੱਲ ਸਕਣਾ। ਹਾਈ ਕੋਰਟ 'ਚ ਹੁਣ ਜਿੱਦਾਂ ਜਾਣਾ ਪਿਆ, ਇਹਨਾਂ ਦੀ ਲੀਡਰਸ਼ਿਪ ਨੂੰ ਥੋੜ੍ਹਾ ਬਹੁਤ ਆਪਣੇ ਸਿਰ ਦਾ ਪਾਣੀ ਕੱਢਣਾ ਚਾਹੀਦਾ, ਸੰਘਰਸ਼ ਦੇ ਕੋਈ ਨਵੇਂ ਢੰਗ ਲੱਭਣੇ ਚਾਹੀਦੇ ਆ, ਔਰ ਖਾਸ ਤੌਰ 'ਤੇ ਟਰੇਡ ਯੂਨੀਅਨ ਵਾਲਿਆਂ ਤੋਂ ਸਿੱਖਣਾ ਚਾਹੀਦਾ ਜੀ। ਮਨ ਸਾਹਿਬ ਤੁਸੀਂ ਸਮਾਂ ਕੱਢਿਆ, ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ, ਬਹੁਤ ਧੰਨਵਾਦ ਜੀ। ਇਸ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ ਗੁਰਪ੍ਰੀਤ ਸੰਧਾਂ ਵਾਲੀਆਂ ਨੂੰ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।